ਦੋਸਤੋ ਅੱਜ ਰੱਖੜੀ ਦੇ ਦਿਹਾੜੇ ਤੇ ਮੈਨੂੰ ਧਰਤੀ ਦੀਆਂ ਧੀਆਂ ਦੀ ਗੱਲ ਚੇਤੇ ਆ ਰਹੀ ਹੈ ਔਰ ਇੱਕ ਗਜ਼ਲ ਕਿਸੇ ਵਕਤ ਮੈਂ ਲਿਖੀ ਸੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਵੀ ਮੇਰਾ ਧਰਮੀ ਬਾਬਲ ਸੋਚਾਂ ਵਿੱਚ ਗੁਲਤਾਨ ਕਿਉਂ ਹੈ ਅੱਜ ਵੀ ਮੇਰਾ ਧਰਮੀ ਬਾਬਲ ਸੋਚਾਂ ਵਿੱਚ ਗੁਲਤਾਨ ਕਿਉਂ ਹੈ ਅਣਜੰਮੀ ਨੂੰ ਮਾਰਨ ਖਾਤਰ ਸਮਝੇ ਆਪਣੀ ਸ਼ਾਨ ਕਿਉਂ ਹੈ ਧੀ ਜੰਮਣ ਤੇ ਅੱਜ ਵੀ ਪਹਿਰੇ ਮਾਂ ਦੁਰਗਾ ਦੀ ਧਰਤੀ ਉੱਤੇ ਸਰਸਵਤੀ ਤੇ ਲਛਮੀ ਦਾ ਘਰ ਇਹਨਾਂ ਲਈ ਸ਼ਮਸ਼ਾਨ ਕਿਉਂ ਹੈ ਧੀਆਂ ਨੂੰ ਤਾਣਾ ਆਖਣ ਵਾਲਿਓ ਇਸ ਗੱਲ ਦਾ ਵੀ ਕਰੋ ਨਿਤਾਰਾ ਮੇਰਾ ਬਾਪੂ ਨਿੰਮੋ ਝੂਣਾ ਪੁੱਤ ਵਾਲਾ ਬਲਵਾਨ ਕਿਉਂ ਹੈ ਦੋ ਧੀਆਂ ਤੋਂ ਮਗਰੋਂ ਪੁੱਤਰ ਲੱਭਦਾ ਫਿਰਦਾ ਸਾਧਾਂ ਡੇਰੇ ਵਾਰਸ ਮੰਗਦਾ ਕਮਲਾ ਹੋਇਆ ਇਸ ਨਗਰ ਸੁਲਤਾਨ ਕਿਉਂ ਹੈ ਦੋ ਧੀਆਂ ਤੋਂ ਮਗਰੋਂ ਪੁੱਤਰ ਲੱਭਦਾ ਫਿਰਦਾ ਸਾਧਾਂ ਡੇਰੇ ਵਾਰਸ ਮੰਗਦਾ ਕਮਲਾ ਹੋਇਆ ਇਸ ਨਗਰ ਸੁਲਤਾਨ ਕਿਉਂ ਹੈ ਜਿਸ ਧਰਤੀ ਤੇ ਧੀਆਂ ਭੈਣਾਂ ਘਰ ਤੇ ਬਾਹਰ ਸਲਾਮਤ ਹੀ ਨਾ ਫਿਰ ਵੀ ਕੇਵਲ ਲਫ਼ਜ਼ਾਂ ਅੰਦਰ ਭਾਰਤ ਦੇਸ਼ ਮਹਾਨ ਕਿਉਂ ਹੈ ਯਾਦ ਕਰੋ ਕਲਕੱਤੇ ਜਿਸ ਧੀ ਦੀ ਬੇਹਰਮਤੀ ਹੋਈ ਉਸ ਜਾਨ ਲੈ ਗਈ ਇਹ ਉਸ ਵਾਸਤੇ ਸ਼ੇਰ ਹੈ ਕਿ ਜਿਸ ਧਰਤੀ ਤੇ ਧੀਆਂ ਭੈਣਾਂ ਘਰ ਤੇ ਬਾਹਰ ਸਲਾਮਤ ਹੀ ਨਾ ਫਿਰ ਵੀ ਕੇਵਲ ਲਫ਼ਜ਼ਾਂ ਅੰਦਰ ਭਾਰਤ ਦੇਸ਼ ਮਹਾਨ ਕਿਉਂ ਹੈ ਚੁੱਪ ਬੈਠੇ ਹੋ ਦੁਨੀਆਂ ਵਾਲਿਓ ਔਰਤ ਦਿਵਸ ਮਨਾਉਂਦੇ ਲੋਕੋ ਜਗ ਜਨਨੀ ਦੇ ਕਤ ਲੱਗੇ ਸਭ ਦੀ ਬੰਦ ਜ਼ਬਾਨ ਕਿਉਂ ਹੈ ਅੱਜ ਵੀ ਮੇਰਾ ਧਰਮੀ ਬਾਬਲ ਸੋਚਾਂ ਵਿੱਚ ਗੁਲਤਾਨ ਕਿਉਂ ਹੈ ਅਣਜੰਮੀ ਨੂੰ ਮਾਰਨ ਖਾਤਰ ਸਮਝੇ ਆਪਣੀ ਸ਼ਾਨ ਕਿਉਂ ਹੈ ਧੀ ਜੰਮਣ ਤੇ ਅੱਜ ਵੀ ਪੈਰੇ ਮਾਂ ਦੁਰਗਾ ਦੀ ਧਰਤੀ ਉੱਤੇ ਸਰਸਵਤੀ ਤੇ ਲਛਮੀ ਦਾ ਘਰ ਸਾਡੇ ਲਈ ਸ਼ਮਸ਼ਾਨ ਕਿਉਂ ਹੈ ਚੁੱਪ ਬੈਠੇ ਹੋ ਦੁਨੀਆਂ ਵਾਲਿਓ ਔਰਤ ਦਿਵਸ ਮਨਾਉਂਦੇ ਲੋਕੋ ਜਗ ਜਨਨੀ ਦੇ ਕਾਤੇ ਲੱਗੇ ਸਭ ਦੀ ਬੰਦ ਜ਼ਬਾਨ ਕਿਉਂ ਹੈ ਧੰਨਵਾਦ ਗੁਰਭਜਨ ਗਿੱਲ